ਕੱਪੜੇ ਦੀ ਦੁਕਾਨ ਦੇ ਵਿੱਚ ਲੁੱਟ ਕਰਨ ਆਏ ਲੁਟੇਰੇ ਨੂੰ ਪੁੱਠੇ ਪੈਰੀ ਭੱਜਣਾ ਪਿਆ ਕਿਉਂਕਿ ਦੁਕਾਨਦਾਰ ਵੀ ਅੱਗੋਂ ਉਸ ਨੂੰ ਸਿੱਧਾ ਹੋ ਗਿਆ। ਦਰਅਸਲ ਖਿਡੌਣਾ ਪਿਸਤੌਲ ਲੈ ਕੇ ਇੱਕ ਬਦਮਾਸ਼ ਕੱਪੜੇ ਦੀ ਦੁਕਾਨ ਦੇ ਵਿੱਚ ਆਉਂਦਾ ਹੈ ਅਤੇ ਆਉਂਦੇ ਸਾਰ ਹੀ ਦੁਕਾਨਦਾਰ ਨੂੰ ਕਹਿੰਦਾ ਹੈ ਕਿ ਜਿੰਨੇ ਵੀ ਪੈਸੇ ਨੇ ਉਸਦੇ ਕੋਲ ਉਹ ਘੱਟ ਦੇਵੇ, ਤਾਂ ਜਿਸ ਤੋਂ ਬਾਅਦ ਉਹ ਦੁਕਾਨਦਾਰ ਉਸ ਨੂੰ ਸਿੱਧਾ ਹੋ ਜਾਂਦਾ ਹੈ ਅਤੇ ਉਸਦੇ ਪਿਸਤੌਲ ਨੂੰ ਜਦੋਂ ਦੁਕਾਨਦਾਰ ਦੇ ਵੱਲੋਂ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਲੁਟੇਰਾ ਆਪਣਾ ਦਬਦਬਾ ਦਿਖਾਉਣ ਦੇ ਲਈ ਪਿਸਤੌਲ ਦੇ ਨਾਲ ਫਾਇਰ ਕੱਢਣ ਦੀ ਕੋਸ਼ਿਸ਼ ਕਰਦਾ ਹੈ, ਪਰ ਇਹ ਖਿਡੌਣਾ ਪਿਸਤੌਲ ਹੁੰਦੀ ਹੈ ਅਤੇ ਉਸਦੇ ਵਿੱਚੋਂ ਪਟਾਕਾ ਚੱਲ ਜਾਂਦਾ ਹੈ, ਜਿਸ ਤੋਂ ਬਾਅਦ ਦੁਕਾਨਦਾਰ ਚੌਕੰਨਾ ਹੋ ਜਾਂਦਾ ਅਤੇ ਉਸਨੂੰ ਸਮਝ ਲੱਗ ਜਾਂਦੀ ਹੈ ਕਿ ਇਸਦੇ ਕੋਲ ਪਿਸਤੌਲ ਅਸਲੀ ਨਹੀਂ ਹੈ। ਜਿਸ ਤੋਂ ਬਾਅਦ ਉਹ ਜਦੋਂ ਵਿਰੋਧ ਕਰਦਾ ਤਾਂ ਲੁਟੇਰਾ ਜਦੋਂ ਉੱਥੋਂ ਭੱਜਣ ਲੱਗਦਾ ਤਾਂ ਮੌਕੇ ਦੇ ਉੱਤੇ ਹੀ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਉਹ ਫਰਾਰ ਹੋ ਜਾਂਦਾ ਹੈ ਤਾਂ ਖਿਡੌਣਾ ਪਿਸਤੌਲ ਲੈ ਕੇ ਇੱਕ ਲੁਟੇਰੇ ਦੇ ਵੱਲੋਂ ਕੱਪੜੇ ਦੇ ਦੁਕਾਨਦਾਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਗਨੀਮਤ ਰਹੀ ਹੈ ਕਿ ਉਹ ਦੁਕਾਨਦਾਰ ਅੱਗੋਂ ਦਲੇਰ ਨਿਕਲਿਆ ਅਤੇ ਉਸਨੇ ਡਟ ਕੇ ਉਸਦਾ ਸਾਹਮਣਾ ਕੀਤਾ ਅਤੇ ਲੁਟੇਰੇ ਨੂੰ ਭੱਜਣ ਦੇ ਲਈ ਮਜਬੂਰ ਕਰ ਦਿੱਤਾ। ਤਾਂ ਮੋਗਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਲੁਟੇਰੇ ਦੇ ਉੱਤੇ ਦੁਕਾਨਦਾਰ ਇਕੱਲਾ ਹੀ ਭਾਰੀ ਪਿਆ, ਖਿਡੌਣਾ ਪਿਸਤੌਲ ਲੈ ਕੇ ਦੁਕਾਨ 'ਤੇ ਲੁੱਟ ਕਰਨ ਆਏ ਲੁਟੇਰੇ ਨੂੰ ਪੁੱਠੇ ਪੈਰੀ ਭੱਜਣਾ ਪਿਆ। ਭਾਜੀ ਇਕੱਲਾ ਬੰਦਾ ਆਇਆ, ਮੇਰੇ ਕੋਲ ਥੈਲਾ ਰੱਖਿਆ, ਜਿਵੇਂ ਬਿਗ ਬੈਨ ਦੀ ਮਿਠਾਈ ਵਰਗਾ ਥੈਲਾ ਸੀਗਾ, ਚੋੜਾ ਜਿਹਾ ਛੋਟੇ ਸਾਈਜ਼ ਦਾ, ਅਤੇ ਮੈਨੂੰ ਕਹਿੰਦਾ ਗੱਲੇ 'ਚ ਜੋ ਹੈਗਾ ਕੱਢ ਦੇ ਪੈਸੇ, ਅਤੇ ਮੈਂ ਕਿਹਾ ਤੂੰ ਹੈ ਕੌਣ, ਪਕਾਈ ਕਿਉਂ ਮਾਰਦਾ ਪਿਆ, ਤੂੰ ਪੈਸੇ ਕੱਢ। ਮੈਂ ਕਿਹਾ ਹੁਣ ਤੂੰ ਗਾਲ ਕੱਢਦੀ, ਪੈਸੇ ਤਾਂ ਨਹੀਂ ਮੈਂ ਦਿੰਦਾ, ਜੋ ਮਰਜ਼ੀ ਕਰ ਲਾ। ਉਹਨੇ ਫਾਇਰ ਚਲਾਈ, ਉਹ ਖਾਲੀ ਨਿਕਲਿਆ ਇੱਕ ਫਾਇਰ, ਫਿਰ ਉਹਨੇ ਦੂਜੀ ਫਾਇਰ ਮਾਰੀ, ਉਹ ਮੇਰੇ ਸਾਈਡ ਤੋਂ ਇੱਥੋਂ ਨਿਕਲੀ ਬਾਂ ਦੇ ਕੋਲੋਂ ਪਿੱਛੇ ਵੱਜੀ, ਫਿਰ ਤੀਜਾ ਮਾਰਨ ਲੱਗਾ, ਮੈਂ ਬੰਦੂਕ ਫੜ ਲਈ ਆਉਂਦੀ ਟੇਢੀ ਕਰਤੀ, ਜਿਹੜੇ ਮੇਰੇ ਵੀ ਨਾ ਵੱਜੇ ਨਾ ਆਉਂਦਾ ਕੋਈ ਨੁਕਸਾਨ ਹੋਵੇ। ਅਤੇ ਫਿਰ ਮੈਂ ਸਾਹਮਣੇ ਸਾਹਿਲ ਮੁੰਡਾ ਹੈਗਾ ਸਪੇਅਰ ਪਾਰਟ ਦਾ, ਉਹਨੂੰ ਆਵਾਜ਼ ਮਾਰੀ, ਮੈਂ ਕਿਹਾ ਸਾਹਿਲ ਫੜੀ ਹੋਏ ਭੱਜਦਾ ਪਿਆ, ਅਤੇ ਅਸੀਂ ਦੋਨੇ ਜਣੇ ਮਗਰ ਤੱਕ ਭੱਜੇ ਹਾਂ, ਅਤੇ ਸਾਹਮਣੇ ਪੰਜਾਬ ਨੈਸ਼ਨਲ ਬੈਂਕ ਕੋਲ ਦੋ ਜਣੇ ਬਾਈਕ ਸਟਾਰਟ ਕਰਕੇ ਖੜੇ ਸੀ ਅਤੇ ਭੱਜ ਗਏ। ਕਿੰਨੇ ਜਣੇ ਜੀ ਟੋਟਲ? ਤਿੰਨ ਜਣੇ, ਇਕੱਲਾ ਬੰਦਾ ਆਇਆ ਸੀ ਮੇਰੇ। ਕਾਰੋਬਾਰ ਕੀ ਹੈ? ਮੇਰਾ ਸਟੇਟ ਬੈਂਕ ਦਾ ਕਾਰੋਬਾਰ ਹੈ, ਕੱਪੜੇ ਦਾ ਵੀ ਹੈ। ਜਦੋਂ ਤੁਸੀਂ ਉਹ ਦੁਕਾਨ ਤੇ ਆਏ, ਤੁਸੀਂ ਇਕੱਲੇ ਸੀ? ਮੈਂ ਇਕੱਲੇ ਸੀਗਾ ਜੀ। ਸਟੇਟ ਬੈਂਕ ਦੀ ਤੁਹਾਡੇ ਕੋਲ ਦੀ ਏਜੰਸੀ ਹੈ ਜੀ, ਤੁਹਾਨੂੰ ਕੈਸ਼ ਹੁੰਦਾ ਸੀ? ਹਾਂ, 30-40 ਹਜ਼ਾਰ ਰੁਪਈਆ ਸੀਗਾ ਮੇਰੇ ਕੋਲ। ਭਾਜੀ ਗਾਹਕ ਤਾਂ ਹੁਣ ਆਉਂਦੇ ਰਹਿੰਦਾ, ਕੋਈ ਜਮ੍ਹਾਂ ਕਰਾਉਣ ਵੀ ਆਉਂਦਾ, ਕੋਈ ਕਢਾਉਣ ਵੀ ਆਉਂਦਾ। ਲੁੱਟ ਕਰਕੇ ਵੀ ਕਿਵੇਂ? ਨਹੀਂ, ਬੱਚਤ ਹੋ ਗਈ, ਮੈਂ ਦਿੱਤਾ ਨਹੀਂ ਕੁਛ ਵੀ। ਮੈਂ ਕਿਹਾ ਤੂੰ ਫਾਇਰ ਮਾਰ ਲੈ, ਪੈਸੇ ਤਾਂ ਨਹੀਂ ਮੈਂ ਦਿੰਦਾ। ਫਾਇਰ ਉਹਨਾਂ ਨੇ ਕੀਤਾ, ਉਹ ਕਿੱਥੇ ਵੱਜਿਆ ਜਾਂ ਕੀ? ਉਹ ਇੱਥੋਂ ਦੀ ਨੀਚੇ ਵੱਜਿਆ, ਕਿੱਥੇ ਵੱਜਿਆ ਉਹ ਲੱਭਿਆ ਨਹੀਂ। ਤੇ ਪੁਲਿਸ ਆਈ ਸੀ ਤੁਹਾਡੇ ਕੋਲ? ਪੁਲਿਸ ਆਈ ਸੀ ਕੀ? ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਆ ਕੇ ਬਸ ਚੈਕਿੰਗ ਕੀਤੀ, ਸਿੱਕਾ ਮਿਲਿਆ ਨਹੀਂ, ਕਹਿੰਦੇ ਇਹ ਪਟਾਕੇ ਵਾਲਾ ਹੀ ਫਾਇਰ। ਨਹੀਂ, ਇਹ ਜੜਗਾ ਸੇਖ ਵਾਲੇ ਚੌਂਕ ਦੇ ਵਿੱਚ ਕੱਪੜੇ ਦੀ ਦੁਕਾਨ ਆ, ਅਤੇ SBI ਵਾਲਾ ਇਹਨਾਂ ਦੇ ਕਹਿੰਦਾ ਪੈਸਿਆਂ ਦਾ ਲੈਣ ਦੇਣ 20,000 ਤੋਂ ਥੱਲੇ ਇਹਨਾਂ ਕੋਲ ਵੀ ਜਮ੍ਹਾਂ ਕਰਾ ਦਿੰਦੇ ਆ, ਜਿਹੜੇ ਅੱਗੇ ਇਹ ਬੈਂਕ ਦੇ ਵਿੱਚ ਜਮ੍ਹਾਂ ਕਰਾਉਂਦੇ ਆ। ਇਹ ਅੱਜ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਦੇ ਆ ਕੇ, ਜਿਵੇਂ ਕੋਈ ਪਟਾਕਾ ਟਾਈਪ ਪਿਸਤੌਲ ਹੁੰਦਾ ਉਹਦਾ ਕੋਈ ਪਟਾਕਾ ਪਿਆ ਹੋਇਆ, ਜੇ ਕਿਉਂਕਿ ਬਹੁਤ ਹੀ ਨਜ਼ਦੀਕ ਸੀਗਾ, ਜੇ ਫਾਇਰ ਵਾਲਾ ਹੁੰਦਾ ਤਾਂ ਇਹਦੇ ਗੋਲੀ ਵੀ ਵੱਜ ਸਕਦੀ ਸੀਗੀ, ਪਰ ਕਿਉਂਕਿ ਕੋਈ ਵੀ ਸਿੱਕਾ ਵਗੈਰਾ ਨਹੀਂ ਮਿਲਿਆ ਮੌਕੇ ਤੋਂ, ਸਾਨੂੰ ਇਹੀ ਜਾਪਦਾ ਜਿਵੇਂ ਪਟਾਕੇ ਵਾਲਾ ਜਿਹੜਾ ਹੁੰਦਾ ਪਿਸਤੌਲ, ਉਹ ਖਿਡੌਣਾ ਪਿਸਤੌਲ ਹੁੰਦਾ, ਉਹਦੇ ਨਾਲ ਪਟਾਕਾ ਪਾਇਆ। ਪਰ ਫਿਰ ਵੀ ਅਸੀਂ ਇਹਦੀ ਬਰੀਕੀ ਨਾਲ ਜਾਂਚ ਕਰ ਰਹੇ ਹਾਂ, ਜਲਦੀ ਜਿਹੜੇ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼। ਕੋਈ ਨਰਮੀ ਲੈ ਕੇ ਗਏ? ਪੈਸਾ ਕੋਈ ਨਹੀਂ ਲੈ ਗਏ, ਕੋਈ ਪੈਸਾ ਨਹੀਂ ਗਿਆ, ਅਤੇ ਉਹ ਕੋਸ਼ਿਸ਼, ਇੱਕੋ ਹੀ ਬੰਦਾ ਆਇਆ ਸੀ ਅੰਦਰ, ਇੱਕੋ ਨੇ ਇਹ ਜਿਹੜਾ ਪੈਦਲ ਸੀਗਾ, ਅੱਗੇ ਜਾ ਕੇ ਮੋਟਰਸਾਈਕਲ 'ਤੇ ਚੜ੍ਹੇ ਆ, ਦੋ ਮੁੰਡੇ ਹੋਰ ਨਾਲ ਸੀ, ਉਹ ਅਸੀਂ ਸਾਰੇ ਵੈਰੀਫਾਈ ਕਰ ਰਹੇ ਹਾਂ।